ਆ ਡੱਬੀ ਕੀ ਕਰਨੀ ਆ ਮੋਨੀ ਇਹ ਤਾਂ ਪਲੀਤੇ ਨਾਲ ਸਟਾਰ ਕਰ ਲੈ ਇਸ ਮਾਰੀ ਨਾ ਤੁਸੀਂ ਦੇਖੋ ਇਹਨੇ ਅੱਗ ਅੰਦਰ ਨੂੰ ਖਿੱਚਣੀ ਇੱਧਰ ਨੂੰ ਸਾਹ ਵਾਲਾ ਲਓ ਜੀ ਮਾਰੋ ਸੈਲਫ ਤਾਂ ਸਾਰਿਆਂ ਦਾ ਨਵੀਂ ਵੀਡੀਓ 'ਚ ਅੱਜ ਆਪਾਂ ਕਰਨਾ ਗਾ ਸਕੋਟ ਨੂੰ ਸਟਾਰਟ ਪਲੀਤਾ ਲਾ ਕੇ ਕੋਈ ਅੱਗ ਉੱਗ ਨਾਲ ਕਰਦੇ ਮੈਂ ਤਾਂ ਕਦੇ ਹੁੰਦਾ ਦੇਖਿਆ ਨਹੀਂ ਅਤੇ ਆਪਾਂ ਪੁੱਛਦੇ ਹਾਂ ਕਿਵੇਂ ਹੁੰਦਾ ਉਦੋਂ ਬਾਅਦ ਸਕੋਟ ਨਾਲ ਸਿੰਗਲ ਪਾ ਕੇ ਆਪਾਂ ਅਰਜਨ ਸਟਾਰਟ ਕਰਨਾ ਆ ਡੱਬੀ ਕੀ ਕਰਨੀ ਆ ਮੋਨੀ ਇਹ ਤਾਂ ਪਲੀਤੇ ਨਾਲ ਸਟਾਰਟ ਕਰਨਾ ਸਾਰਾ ਕੁਝ ਦੱਸ ਕਿਵੇਂ ਹੋਊਗਾ ਸਟਾਰਟ ਇਹ ਦਰਸ਼ਕਾਂ ਨੂੰ ਪਤਾ ਨਹੀਂ ਆਹ ਸਨਾਟ ਲੱਗਿਆ ਵਾ ਠੀਕ ਆ ਇਹਨੂੰ ਖੋਲ੍ਹ ਕੇ ਹਾਂ ਪੁੱਛੀ ਹਾਂ ਇਹਨੂੰ ਖੋਲ੍ਹ ਕੇ ਹਾਂ ਅੱਗ ਲਾ ਕੇ ਬਸ ਇੱਥੇ ਅੱਗ ਲਾ ਦੇਣੀ ਆ ਇਹਨੂੰ ਟੱਸ ਚੱਕ ਕੇ ਤੇ ਸੈਲਫ ਮਾਰ ਦੇਣੀ ਆ ਪੁਰਾਣੀਆਂ ਸਹੂਲਤਾਂ ਪੁਰਾਣੀਆਂ ਹੀ ਆ ਇਹਦੇ ਗੇਅਰ ਜਿਹੜਾ ਹਾਈ ਲੋ ਆਗਾ ਇਸੇ ਲੀਵਰ ਚ ਹੀ ਆ ਵੱਡੇ ਲੀਵਰ ਚ ਇਹਨੂੰ ਜਦੋਂ ਇੱਥੋਂ ਤਾਂ ਨੂੰ ਕਰ ਦਿੰਨੇ ਆਗੇ ਉਦੋਂ ਇਹ ਲੋਆਂ ਚ ਵਗ ਜਾਂਦਾ ਗਾ ਆ ਨਹੀਂ ਲੱਗੂ ਡੀਜ਼ਲ ਕੱਲ੍ਹ ਵਾਲਾ ਹੀ ਲੱਗਿਆ ਵਾ ਨਾ ਕੱਲ੍ਹ ਵੀ ਅਸੀਂ ਐਂ ਕਰਿਆ ਸੀ ਠੀਕ ਆ ਜਿਹੜੀਆਂ ਇਹ 'ਚ ਸਹੂਲਤਾਂ ਨੇ ਨਾ ਹੁਣ ਵਾਲਿਆਂ 'ਚ ਆਉਂਦੀਆਂ ਨਹੀਂ ਅਤੇ ਲੈਫਟ ਵਾਲਾ ਜਗਾੜਮੈਂਟ ਕੋਈ ਲੈਫਟ ਬੰਨਣ ਦੀ ਲੋੜ ਨਹੀਂ ਭਮੀਰੀ ਨਹੀਂ ਲਾਉਣ ਦੀ ਲੋੜ ਇੱਧਰੋਂ ਮੈਂ ਸੈਲਫ ਮਾਰਾਂ ਹਾਂ ਜੀ ਇੱਕ ਵੇਟ ਕਰੋ ਠੀਕ ਹੈ ਮੈਂ ਇੱਧਰ ਅੱਗ ਲਾਉਂ ਤੁਸੀਂ ਸੈਲਫ ਮਾਰ ਦਿਓ ਇਹਨਾਂ ਦਾ ਮਾੜੇ ਜਿਹੇ ਨਾਲ ਸਟਾਰਟ ਹੋ ਜਾਣਾ ਠੀਕ ਆ ਉਹਦੀ ਯਾਰ ਪਲੀਤੇ ਦੀ ਲੋੜ ਹੈ ਬਸ ਪਲੀਤੇ ਦੀ ਲੋੜ ਅੱਗ ਦੁਬਾਰੇ ਨਾ ਕਿਤੇ डीजल भी कोली सहूलत ना पै जे अग नहीं 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 पी काले तेल आला स्टार्ट हुंदा देखियो अच्छा ਬਈ ਮੈਂ ਤਾਂ ਪਹਿਲੀ ਵਾਰੀ ਦੇਖਣਾ ਇਹ ਸਟਾਰਟ ਹੁੰਦਾ ਰੌਂਡ ਲੈਂਦੇ ਆ ਨਾ ਸਿਆਲਾਂ ਚ ਹਾਂ ਇਹਨੂੰ ਕੋਈ ਚੱਕਰ ਨਹੀਂ ਉਹ ਰੌਂਡ ਤਾਂ ਹੁਣ ਮੈਂ ਕਿਹਾ ਗੱਡੀ ਸਟਾਰਟ ਕਰਕੇ ਲਿਆਇਆਗਾ ਉਹ ਰੌਂਡ ਲੈ ਕੇ ਹੋਈ ਆ ਸਟਾਰਟ ਨਾਲ ਇਹਨੂੰ ਕਰਦੇ ਰਹਿੰਦੇ ਆ ਸਟਾਰਟ ਇਹ ਸਹੂਲਤ ਕੰਪਨੀ ਨੂੰ ਕਰਨੀ ਚਾਹੀਦੀ ਆ ਹਰੇਕ ਤੇ ਉਹ ਹੁਣ ਪੈਸੇ ਵਧਾਈ ਜਾਂਦੇ ਆ ਸਹੂਲਤਾਂ ਘਟਾਈ ਜਾਂਦੇ ਆ ਲਓ ਜੀ ਸੈਲਫ ਮਾਰ ਦਿਓ ਤੁਸੀਂ ਕਰ ਜੀ ਠੀਕ ਆ ਉਧਰੋਂ ਉਹ ਟੱਸ ਵੀ ਦਿਖਾ ਦੇ ਜਿਹੜੀ ਚੱਕਣੀ ਪੈਂਦੀ ਆ ਤਾਂ ਇੱਧਰ ਆ ਜਾਓ ਦਿਖਾ ਦੇ ਇੱਕ ਬਸ ਇਹ ਟੱਸ ਚੱਕ ਲੈਣੀ ਆ ਬਸ ਨਾਲ ਇਹ ਚੱਕਣੀ ਆ ਹਾਂ ਅਸਲ ਸੈਲਫ ਮਾਰਤੀ ਉਹਨੂੰ ਮੈਂ ਛੱਡ ਦੇਣੀ ਆ ਅਸਲ ਬੰਦੇ ਦੋ ਹੋਣ ਹਨਾ ਦੋ ਨਾ ਜੀ ਦੋ ਦਾ ਹੀ ਕੰਮ ਆ ਤੇ ਮੈਨੂੰ ਦੱਸੀ ਜੋ ਸੈਲਫ ਮਾਰਨੀ ਹੋਈ ਆਪਣੀ ਅੱਗ ਹੀ ਬਹੁਤ ਮੱਠੀ ਚੱਲ ਰਹੀ ਆ ਨਹੀਂ ਅੱਗ ਨਹੀਂ ਚੱਲ ਰਹੀ ਫੜ ਲੈਂਦੇ ਚੱਕਰ ਤੂੰ ਡੀਜ਼ਲ ਥੋੜਾ ਪਾ ਕੇ ਲਿਆਇਆ ਆਏ ਕਰ ਅੱਗ ਬੁਝਾ ਕੇ ਡੀਜ਼ਲ ਹੋਰ ਪਾ ਥੋੜਾ ਜਿਹਾ ਕਰ ਜਾਕਟ ਨਾ ਫੂਕ ਦੀ ਅੱਗ ਬੁਝਾ ਲਿਓ ਜੀ ਟੈਂਕੀ ਲੈ ਵਿੱਚ ਤੇਲ ਆ ਕੇ ਪਊ ਨਾ ਥੋੜਾ ਜਿਹਾ ਕਰ ਰਹੇ ਜੀ ਇਹਨੂੰ ਉੱਤੋਂ ਜਿਹਾ ਇਹ ਲੀਰ ਬਲੇਟੀ ਵੀ ਇਹ ਉਹ ਹੋ ਗਈ ਹੋਊਗੀ ਇਹ ਹਾਰਡ ਹੋ ਜਾਂਦੀ ਆ ਉਹਦੇ ਨਾਲ ਮੋ ਮੋ ਬਣ ਜਾਂਦੀ ਆ ਲਓ ਜਾਂ ਮੱਚ ਗਿਆ ਇਹਦਾ ਆ ਲੀੜੇ ਲਪੇੜ ਲੈ ਆ ਜਾਓ ਜੀ ਹੂੰ ਹੁਣ ਹੋ ਗਈ ਸਟਾਰਟ ਇਹਦਾ ਕਾਰਨ ਕੀ ਹੈਗਾ ਇਹਦੇ ਨਾਲ ਜਿਹੜਾ ਆਪਾਂ ਸਟਾਰਟ ਕਰਦੇ ਆ ਇਹ ਜਦੋਂ ਸੈਲਫ ਮਾਰੀ ਨਾ ਤੁਸੀਂ ਦੇਖੋ ਇਹਨੇ ਅੱਗ ਅੰਦਰ ਨੂੰ ਖਿੱਚਣੀ ਇੱਧਰ ਨੂੰ ਸਾਹ ਵਾਲਾ ਇਹਨੂੰ ਤਾਂ ਹੀ ਕਹਿੰਦੇ ਆ ਨਾ ਅੱਛਾ ਜੋ ਸੈਲਫ ਮਾਰੀ ਇਹਨੇ ਅੱਗ ਅੰਦਰ ਨੂੰ ਖਿੱਚ ਜਾਣੀ ਆ ਉਹ ਅੱਗ ਬਸ ਅੰਦਰ ਪੈਸਟਮਾ ਤੇ ਹੀਟ ਪੈ ਜਾਣੀ ਆ ਬਾਰ ਨੂੰ ਬਾਰ ਸਾਡੇ ਜਿਹੇ ਨਾ ਸਟਾਰਟ ਆ ਬਾਅਦ ਚ ਕੰਮ ਕਰਾਇਆ ਲੱਗਦਾ ਹਨਾ ਆਹ ਆਹ ਚੀਜ਼ਾਂ ਨਵੀਆਂ ਇਹ ਤਾਂ ਹਾਇਰ ਕੀ ਕੰਮ ਕਰਵਾਇਆ ਆਪਾਂ ਇਹਦੀ ਇੱਕ ਦਿਨ ਵੀਡੀਓ ਬਣਾਵਾਂਗੇ ਸਾਰੇ ਦੀ ਆਹ ਤੁਸੀਂ ਉਹ ਕੀਤਾ ਗਾ ਇਹਦਾ ਹਨਾ 4-3 ਸਪੀਡ ਕਰਾਇਆ ਗਾ ਨਹੀਂ ਨਹੀਂ ਉਹ ਬੈਕ ਪੂਰੀ ਚੱਲਦੀ ਕਰਾਈ ਆ ਆਹ ਕਿਹਦਾ ਖੋਲ ਲਿਆ ਹਾਈ ਲੋ ਵਾਲਾ ਲਓ ਜੀ ਮਾਰੋ ਸੈਲਫ ਇਹ ਮਾਰਾਂ ਖਿੱਚ ਕੇ ਕਰ ਲੈਣਾ ਦੂਜਾ ਆਈ ਸੀਰੀ ਚੱਲੀ ਜਾਣੀ ਹੈਗੀ ਉਹ ਵੱਡੇ ਇੰਜਣ ਆ ਗਏ ਉਹ ਹੁੰਦੇ ਨੀ ਸਟਾਰਟ
ਆ ਪੁਲੀ ਪਾਲੀ ਸਾਰਾ ਕੁਝ ਪਹਿਲਾਂ ਵਾਲਾ ਹੀ ਹੈਗਾ ਕਿਸੇ ਦਿਨ ਇਹਦੀ ਸਾਰੀ ਵੀਡੀਓ ਬਣਾਵਾਂਗੇ ਅੱਛਾ ਘੁੰਮਦੀ ਆ ਇਹ ਠੀਕ ਆ ਹੁਣ ਕੰਮ ਕਰਾਇਆ ਹਨਾ ਇਹਦਾ ਘੁਮਾ ਕੇ ਇਹਨੂੰ रेस करी बड़ी जी रेस करी हां और मैं कहना आपकी चंडोल लिया चंडोल लाया करांगे ते चंडोल वाले कोले भी आही जगाड़ हुंदा बड़ा ट्रैक्टर उधर अंदर खड़ा हैगा अर्जुन ओदी बैटरी डाउन आ गई मैं बैटरी ओदे धरौनी आ गई हुण इहदे नाल तेरा खिच के करदे आ स्टार्ट नवी ओए इंजन भी वड्डे आ गए अराउंड हौली हौली आउंदा इन्हां नूं मुंडा गया उधरों संगल लैण बस इहनूं खिच के करदे आ स्टार्ट धक्के नाल नहीं हुंदा इह धक्के नाल मूंह उधर नूं इक पावर स्टीयरिंग ओ है वी बाला इह रुड़दा ही नहींगा इत्थे पाईए टोक च इत्थे पाला लम्मा हो जू भोरा लै आईए नूं ट्रैक्टर माड़े जे नाल ही जांदा स्टार्ट पर थोड़े सियालां दा करके राउंड लैंदे हैगे वो अर्जन उहदा थोड़े गर्मियां च भी राउंड लैंदा कहिंदी तां इंजन भरागा कहिंदी की चक्कर हैगा उदों भी मसां स्टार्ट हुंदा गा उह चल तुहानूं अगली वीडियो च ना इहदा सारा रिव्यू देवांगे सारा कुछ आइटम इहदी दिखाउंदे हैगे की कुछ आ उह हाई लो गेयर सारा कुछ उहदा दस्सदे आ उह दिओ थल्ले दिंदे आ ना तुहानूं हाई लो सारा कुछ सारी आइटम इहदे च ही आ तुहानूं अगले ब्लॉग च सारा इहदा रिव्यू दिंदे हैगे।